ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ। ਮੈਂ ਤਰਨਜੀਤ ਸੁਪਰਫਾਸਟ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਿੰਘ ਦਾ ਬਿਆਨ। ਸੀਐਮ ਨੇ ਲਾਂਚ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ। ਰਾਜੀਵ ਗਾਂਧੀ ਦੀ ਵਰ੍ਹੇਗੰਢ ਮੌਕੇ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਕੀਤਾ ਗਿਆ ਲਾਂਚ। ਸਕੀਮ ਤਹਿਤ 5 ਲੱਖ ਰੁਪਏ ਤੱਕ ਬੀਮਾ ਮੁਫ਼ਤ ਮਿਲੇਗਾ। ਇਸ ਯੋਜਨਾ ਦਾ ਫਾਇਦਾ 40 ਲੱਖ ਪਰਿਵਾਰਾਂ ਨੂੰ ਮਿਲੇਗਾ। ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਕੀਤਾ ਉਦਘਾਟਨ ਤੇ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਦੀ ਕੀਤੀ ਵੰਡ। ਯੋਜਨਾ ਤਹਿਤ ਸੂਬੇ ਦੇ 70 ਲੋਕ ਹਰ ਸਾਲ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣਗੇ, ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਪੰਜਾਬ ਛੱਡ ਕੇ ਨਾਲ 1700 ਕਰੋੜ ਦਾ ਨੁਕਸਾਨ। ਜਲੰਧਰ ਤੇ ਰੂਪਨਗਰ ਚ ਪਾਣੀ ਨੇ ਮਚਾਈ ਤਬਾਹੀ, ਕਈ ਪਿੰਡਾਂ ਦੀ ਫਸਲ ਬਰਬਾਦ, ਸਕੂਲ ਕਾਲਜ ਬੰਦ। ਜਲੰਧਰ 31 ਸਾਲ ਦਾ ਰਿਕਾਰਡ ਟੁੱਟਿਆ। 130 ਪਿੰਡਾਂ ਚ ਦਾਖਲ ਹੋਇਆ ਪਾਣੀ। 600 ਪਰਿਵਾਰਾਂ ਦੇ 3000 ਤੋਂ ਜ਼ਿਆਦਾ ਲੋਕ ਹੋਏ ਬੇਘਰ। ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ। ਫਲੌਰ ਦੇ 102 ਪਿੰਡ ਹੜ੍ਹ ਦੀ ਮਾਰ ਚ 3 ਥਾਂ ਟੁੱਟਿਆ ਤੁਸੀਂ ਬੰਦ। ਮਹਿਤਪੁਰ ਚ ਬਚਾਅ ਕੈਂਪ ਲਗਾਇਆ ਗਿਆ। 12,000 ਏਕੜ ਤੋਂ ਜ਼ਿਆਦਾ ਫਸਲ ਪਾਣੀ ਚ ਡੁੱਬੀ। ਜਲੰਧਰ ਲੁਧਿਆਣਾ ਰੇਲਵੇ ਲਾਈਨ ਪ੍ਰਭਾਵਿਤ, ਟ੍ਰੇਨਾਂ ਚ ਦੇਰੀ। ਕਈ ਪਿੰਡਾਂ ਦੀ ਬਿਜਲੀ ਹੋਈ ਠੱਪ। ਮਣਾਲਾ ਦੇ 1 ਵਿਅਕਤੀ ਦੀ ਪਾਣੀ ਚ ਰੁੜਨ ਕਾਰਨ ਹੋਈ ਮੌਤ। ਫਿਲੌਰ ਚ ਰਾਤ ਭਰ ਚੱਲਦਾ ਰਿਹਾ ਰਾਹਤ ਕਾਰਜ। ਨਜਾਇਜ਼ ਮਾਈਨਿੰਗ ਕਾਰਨ ਟੁੱਟਿਆ ਤੁਸੀਂ ਬੰਦ। ਰੇਤ ਮਾਫੀਆ ਨੂੰ ਨਜਾਇਜ਼ ਮਾਈਨਿੰਗ ਤੋਂ ਨਹੀਂ ਰੋਕ ਸਕਿਆ ਪ੍ਰਸ਼ਾਸਨ। ਰੇਤ ਮਾਫੀਆ ਕਾਰਨ ਜਲੰਧਰ 'ਚ ਆਇਆ ਹੜ੍ਹ। ਆਮ ਲੋਕ, ਨਜਾਇਜ਼ ਮਾਈਨਿੰਗ ਕਾਰਨ ਟੁੱਟਿਆ ਤੁਸੀਂ ਬੰਦ। ਮੋਤੀਪੁਰ ਖਾਲਸਾ 'ਚ ਗੁਰਦੁਆਰੇ ਤੱਕ ਪਹੁੰਚਿਆ ਪਾਣੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਗਿਆ। ਨੌ ਸਾਲ ਬਾਅਦ ਸੰਗਰੂਰ ਦੀਆਂ ਸਾਰੀਆਂ ਡਰੇਨਾਂ ਓਵਰਫਲੋ ਹੋਣ ਕਾਰਨ ਪਾਣੀ ਖੇਤਾਂ ਅਤੇ ਸੜਕਾਂ 'ਚ ਹੋ ਗਿਆ ਦਾਖਲ। ਜ਼ਿਲ੍ਹੇ ਦੀ 1,320 ਏਕੜ ਦੀ ਫਸਲ 'ਚ ਭਰਿਆ ਪਾਣੀ। ਭਵਾਨੀਗੜ੍ਹ 'ਚ 500 ਅਤੇ ਨਹਿਰਾਗਾਗਾ 'ਚ 300 ਏਕੜ ਫਸਲ ਪ੍ਰਭਾਵਿਤ। ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਬਣਿਆ ਸੰਗਰੂਰ ਡੁੱਬਣ ਦਾ ਕਾਰਨ। ਚੋਟੀਆਂ ਡਰੇਨ ਦਾ ਟੁੱਟਿਆ ਬੰਦ।
ਫਿਰੋਜ਼ਪੁਰ ਚ ਸਤਲੁਜ ਦੇ ਪਾਣੀ ਦਾ ਪੱਧਰ ਵਧਿਆ। ਮਖੂ ਖੇਤਰ ਦੇ 15 ਪਿੰਡ ਡੁੱਬੇ। ਐਨਡੀਆਰਐਫ ਦੀ ਟੀਮ ਪਹੁੰਚੀ। ਪਿੰਡ ਚੁੱਗਾ ਚੀਨਾ ਚ ਇੱਕ ਘਰ ਵੀ ਪਾਣੀ ਚ ਰੁੜਿਆ। ਘਰ ਚ ਉਸ ਮੌਕੇ 15 ਲੋਕ ਮੌਜੂਦ ਸਨ। ਜਾਨੀ ਨੁਕਸਾਨ ਤੋਂ ਬਚਾ ਰਿਹਾ। ਫਿਰੋਜ਼ਪੁਰ ਜਾਣ ਵਾਲੀਆਂ 9 ਟ੍ਰੇਨਾਂ ਦਾ 2 ਟ੍ਰੇਨਾਂ ਦੇ ਰੂਟ ਦਾ ਕੀਤਾ ਗਿਆ ਬਦਲਾਅ। ਕਈ ਟ੍ਰੇਨਾਂ ਲਈ ਹਜ਼ਾਰਾਂ ਏਕੜ ਫਸਲਾਂ ਤਬਾਹ। ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ। ਨਵਾਂ ਸ਼ਹਿਰ ਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਭਰਿਆ ਪਾਣੀ। ਪਾਣੀ ਦੀ ਨਿਕਾਸੀ ਦੇ ਲਈ ਚੌਣ ਪਈ ਮਾਲ ਦੀ। ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ। ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਚ ਮੈਡੀਕਲ ਟੀਮਾਂ ਤੈਨਾਤ। ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਨਵੇਂ ਸ਼ਹਿਰ ਦੇ ਲੁਧਿਆਣਾ ਤੇ 127 ਪਿੰਡਾਂ ਚ ਚੌਕਸੀ। ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਮੋਗਾ ਸਤਲੁਜ ਚ ਪਾਣੀ ਦਾ ਪੱਧਰ ਵਧਣ ਕਾਰਨ ਡੁੱਬਿਆ ਸਤਲੁਜ ਦਰਿਆ ਨੇ ਡੁੱਬੇ ਮੋਗਾ ਦੇ ਸੈਂਕੜੇ ਪਿੰਡ।